ਵੀਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਮਣੀ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਜਸਵੰਤ 9500 12 ਮਾਡਲ ਮਸ਼ੀਨ ਹੈ ਬਿਲਕੁਲ ਓਕੇ ਕੰਡੀਸ਼ਨ ਚ ਸਾਰੀ ਮਸ਼ੀਨ ਖੜੀ ਆ ਬੰਪਰ ਤੋਂ ਫੂਸ ਤੱਕ ਸਾਰੀ ਮਸ਼ੀਨ ਦੀ ਕੰਡੀਸ਼ਨ ਬਿਲਕੁਲ ਓਕੇ ਹੈਗੀ ਦੇਖ ਸਕਦੇ ਤੁਸੀਂ 엘ਿਵੇਟਰਾਂ ਦੀ ਕੰਡੀਸ਼ਨ ਸਾਫ ਕੰਡੀਸ਼ਨ ਚੱਲੀ ਬਟਨ ਨੇ ਸਾਈਡ ਸ਼ੀਲਡਾਂ ਉਤਾਰੀਆਂ ਹੋਈਆਂ ਨਹੀਂ ਇਹ ਸਾਫ ਕੰਡੀਸ਼ਨ ਚ ਨੇ ਸਾਈਡ ਸ਼ੀਲਡਾਂ ਵੀ ਬਾਕੀ ਸਾਰੀ ਮਸ਼ੀਨ ਦੀ ਕੰਡੀਸ਼ਨ ਦੀ ਆਪਾਂ ਗੱਲ ਕਰੀਏ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਸਾਫ਼ ਕੰਡੀਸ਼ਨ ਚ ਖੜੀ ਹੈਗੀ ਦੇਖ ਸਕਦੇ ਹੋ ਤੁਸੀਂ ਪੂਛ ਬਿਲਕੁਲ ਸਾਫ਼ ਪਈ ਹੈ ਡੀਜ਼ਲ ਟੈਂਕ ਦੀ ਗੱਲ ਕਰੀਏ ਆਪਾਂ ਡੀਜ਼ਲ ਟੈਂਕੀ ਬਿਲਕੁਲ ਸਾਫ਼ ਪਈ ਹੈ ਬਾਕੀ ਮਸ਼ੀਨ ਦੇ ਬਹਿਰੀਆਂ ਦੀ ਪੁੱਲੀਆਂ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਾਰੀਆਂ ਗਰਾਰੀਆਂ ਬਲਟਾ ਵਗੈਰਾ ਦੀ ਕੰਡੀਸ਼ਨ ਬਿਲਕੁਲ ਵਧੀਆ ਕੰਡੀਸ਼ਨ ਹੈ ਵੀ 7.5 ਲੱਖ ਰੁਪਏ ਬਾਈ ਨੇ ਰੇਟ ਰੱਖਿਆ ਹੈਗਾ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਪਿਛਲੇ ਪਾਸੇੋਂ ਪੂਰ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਦੂਜੀ ਸਾਈਡ ਤੋਂ ਪੂਰ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਦੇਖ ਸਕਦੇ ਹੋ ਨੰਬਰ ਹੈਗਾ ਵੀਰ ਦਾ 81948 61993 ਇੰਜਨ ਵਗੈਰਾ ਦੀ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋਗੇ 81948 61993 ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਸ਼ੀਨ ਦੇ ਰਿਲੇਟਡ ਕੋਈ ਵੀ ਗੱਲਬਾਤ ਕਰਨੀ ਆ ਇੰਜਨ ਦੀ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਗੱਲਬਾਤ ਕਰਨੀ ਆ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਬਾਕੀ ਟੂਲ ਬਾਕਸ ਵਗੈਰਾ ਦੀ ਕੰਡੀਸ਼ਨ ਓਕੇ ਹੈਗੀ 베アリング ਵਗੈਰਾ ਦੀ ਸਾਰਿਆਂ ਦੀ ਕੰਡੀਸ਼ਨ ਓਕੇ ਆ ਸਾਰੀਆਂ ਸ਼ਾਫਟਾਂ ਓਕੇ ਕੰਡੀਸ਼ਨ ਚ ਨੇਹੀ ਆ ਦੇਖ ਸਕਦੇ ਹੋ ਸਾਰੀ ਮਸ਼ੀਨ ਵਧੀਆ ਕੰਡੀਸ਼ਨ ਚ ਸਾਫ ਕੰਡੀਸ਼ਨ ਚ ਖੜੀ ਆ ਟਾਇਰ ਵਗੈਰਾ ਮਸ਼ੀਨ ਦੇ ਓਕੇ ਹਿੱਸੇ ਓਕੇ ਆ ਕਿਸੇ ਵੀ ਇਹਨੇ ਗੱਲਬਾਤ ਕਰਨੀ ਹੈ ਤੁਸੀਂ ਕਰ ਸਕਦੇ ਹੋਗੇ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਸਾਫਟ ਟਾਇਰ ਪਏ ਨੇਗੇ 12 ਮਾਡਲ ਮਸ਼ੀਨ ਹੈ ਜੀ ਰੇਟ ਰੱਖਿਆ ਬਾਈ ਨੇ 7.5 ਲੱਖ ਰੁਪਏ ਬਾਕੀ ਗੱਲਬਾਤ ਕਰਕੇ ਰੇਟ ਤੇ ਸੈਟਲਮੈਂਟ ਹੋ ਜੂਗੀ ਕਿਸੇ ਵੀ ਇਹਨੇ ਗੱਲਬਾਤ ਕਰਨੀ ਹੈ ਕਿਸੇ ਵੀ ਇਹਨੂੰ ਮਸ਼ੀਨ ਦੀ ਲੋਡ ਹੋਵੇ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਵੀਡੀਓ ਨੂੰ ਵੱਤ ਵੱਦ ਆਪਣੇ WhatsApp ਗਰੁੱਪਾਂ ਵਿੱਚ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤਾਂ ਜੋ ਚੈਨਲ ਨੂੰ ਸਪੋਰਟ ਮਿਲ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹੋਰ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਆਉਂਦੇ ਰਹਿਣ ਔਗਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਪ੍ਰੌਂਗਾਂ ਵਾਲਾ ਔਗਰ ਹੈਗਾ ਟਰੇ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਸਪੋਰਟ ਕਰਨ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ